ਪਿੰਡ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਸੋ ਦੋਸਤੋ, ਜੇਕਰ ਤੁਸੀਂ ਪਿੰਡ ਪੰਜਾਬੀ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਹੁਣੇ ਲਾਲ ਅੱਖਰਾਂ ਵਿੱਚ ਲਿਖੇ ਸਬਸਕ੍ਰਾਈਬ ਦੇ ਬਟਨ ਉੱਤੇ ਕਲਿੱਕ ਕਰਕੇ ਪਿੰਡ ਪੰਜਾਬੀ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਹਰ ਇੱਕ ਪ੍ਰਕਾਰ ਦੇ ਪ੍ਰੋਗਰਾਮ ਬੜੀ ਹੀ ਆਸਾਨੀ ਨਾਲ ਦੇਖ ਸਕੋ। ਸੋ ਦੋਸਤੋ, ਬਸੰਤ ਪੰਚਮੀ ਮੌਕੇ ਪਿੰਡ ਜਰਗ ਵਿਖੇ ਕਾਫੀ ਲੰਬੇ ਸਮੇਂ ਬਾਅਦ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਪਿੰਡ ਜਰਗ ਦੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਪਤੰਗ ਉਡਾ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ। ਇੱਥੇ ਦੱਸਣਾ ਬਣਦਾ ਹੈ ਕਿ ਇਸ ਮੌਕੇ ਪਿੰਡ ਜਰਗ ਦੇ ਕਿਸੇ ਵੀ ਨੌਜਵਾਨ ਜਾਂ ਦੁਕਾਨਦਾਰ ਨੇ ਚਾਈਨਾ ਡੋਰ ਦਾ ਇਸਤੇਮਾਲ ਨਹੀਂ ਕੀਤਾ, ਸਗੋਂ ਕੱਚੇ ਧਾਗੇ ਨਾਲ ਹੀ ਪਤੰਗਾਂ ਉਡਾ ਕੇ ਆਪਣਾ ਮਨ ਪਰਚਾਵਾ ਕੀਤਾ, ਜੋ ਕਿ ਇੱਕ ਵਧੀਆ ਗੱਲ। ਸੋ ਆਓ ਹੁਣ ਗੱਲ ਕਰਕੇ ਦੇਖਦੇ ਹਾਂ ਪਿੰਡ ਜਰਗ ਦੇ ਕੁਝ ਨੌਜਵਾਨਾਂ ਨਾਲ ਜੋ ਇਸ ਮੌਕੇ ਪਤੰਗਾਂ ਉਡਾ ਰਹੇ ਹਨ। ਹਾਂਜੀ, ਇਹ ਚਰਖੜੀਏ ਦੇ ਪਤੰਗ ਕਿੱਥੋਂ ਲੈ ਕੇ ਆਉਂਦੇ ਨੇ ਜੀ? ਆਪਾਂ ਚਰਖੜੀਏ ਦੇ ਪਤੰਗ ਆਪਾਂ ਖੰਨੇ ਤੋਂ ਲੈ ਕੇ ਆਉਂਦੇ ਨੇ, ਸ਼ੀਲਾ ਤੋਂ। ਅੱਛਾ, ਸ਼ੀਲਾ ਤੋਂ ਲੈ ਕੇ ਆਉਂਦੇ। ਕਿੰਨੇ ਦੀ ਆਈ ਚਰਖੀ, ਕਿੰਨੇ ਵਾਲੀ ਲੈ ਕੇ ਆਉਂਦੀ? ਆਪਣੀ ਆਈ ਆ 1300 ਦੀ ਪਤੰਗ, ਇਹਨੇ 350 ਦੇ ਦੜਾ। ਅੱਛਾ, ਇਹ ਕਿੰਨੇ ਵੱਢਤੇ ਹੁਣ ਤੱਕ, ਕਿੰਨੇ ਕੱਟਤੇ? ਆਪਾਂ ਜੀ 9 ਪਤੰਗ ਵੱਢੇ ਨੇ ਅਤੇ 2 ਵਢਾਏ ਨੇ। ਅੱਛਾ, ਸ਼ਾਮ ਤੱਕ ਹੋਰ ਕਿੰਨੇ ਦੀ ਆਸ ਆ? ਇਹ ਆਪਾਂ ਕਹਿ ਨਹੀਂ ਸਕਦੇ ਜੀ। ਓਕੇ, ਥੈਂਕ ਯੂ। ਧਰਮਿੰਦਰ ਸਿੰਘ, ਤੁਹਾਨੂੰ ਇਹ ਤੜਾਮਾ ਪਾਉਣ 'ਤੇ ਰੱਖਿਆ ਹੋਇਆ ਇਹਨਾਂ ਨੇ? ਹਾਂਜੀ ਹਾਂਜੀ ਜੀ। ਇਹ ਠੀਕ ਆ, ਤੜਾਮਾ ਵਧੀਆ ਤਰੀਕੇ ਨਾਲ ਪਾ ਰਹੇ ਹੋ? ਹਾਂਜੀ ਹਾਂ, ਵਧੀਆ ਤਰੀਕੇ ਨਾਲ ਜੀ। ਠੀਕ ਆ ਜੀ, ਕਿੰਨੇ ਲੈ ਕੇ ਆਉਂਦੇ ਜੀ ਪਤੰਗ? ਪਤੰਗ ਆਪਣਾ ਦੜਾ ਲੈ ਕੇ ਆਉਂਦਾ ਸੀ ਜੀ। ਦੜਾ, ਦੜੇ 'ਚ ਕਿੰਨੇ ਹੁੰਦੇ ਨੇ? ਆਪਣੇ ਹੁੰਦੇ ਨੇ ਜੀ 50 ਪਤੰਗ ਜੀ। 50? ਓਕੇ ਓਕੇ, ਠੀਕ ਆ ਠੀਕ ਆ। ਇੰਜੋਇਮੈਂਟ ਕਰ ਰਹੇ ਹੋ ਪੂਰਾ ਹੈ? ਹਾਂਜੀ ਹਾਂ, ਸੰਗੀਤ ਚੱਲ ਰਿਹਾ ਥੱਲੇ ਜੀ। ਠੀਕ ਆ, ਓਕੇ। ਉੱਪਰ ਕੰਮ ਪਰ ਲੈ ਪਾਸੇ ਕੱਟ ਲੈਣੀ ਆ, ਖਰਚਾ ਤੋਂ ਕੇ ਮਰੀ ਜਾਂਦਾ। ਓਏ ਐਂ ਨੇ ਵੜਤਾ ਧਿਆਨਿਆ ਬਸ ਜੀ। ਕਿੰਨੇ ਵੜਦੇ? ਤਿੰਨ, ਇੱਕ ਦੀ ਰੇਨ ਆਪਾਂ ਮੂਹਰੇ ਜਾਂਦੇ ਆ ਜੀ। ਅੱਛਾ, ਇੱਕ ਜਣ ਦੀ ਬੜਾ ਲਿਆ, ਤਿੰਨ ਵੜਤੇ? ਹਾਂ ਜੀ ਹਾਂ। ਠੀਕ ਆ, ਕਿੰਨੇ ਵਜੇ ਤੱਕ ਇਹ ਚੱਲੂ ਕੰਮ? ਇਹ ਚੱਲੂ ਸ਼ਾਮ ਤੱਕ ਜੀ। ਓਕੇ ਠੀਕ ਆ, ਇੰਜੋਏ ਕਰ ਰਹੇ ਫੁੱਲ? ਹਾਂ ਜੀ ਹਾਂ, ਪੂਰਾ ਹੀ ਪੂਰਾ ਦੇਖੋ ਜੀ, ਬਲਾਂਕ ਨੇ ਚੜਦੇ ਜੀ। ਲਾਲੀ, ਕਿੰਨੇ ਵੜਦੇ? ਝੂਠ ਝੂਠ। ਬਸ ਠੀਕ ਆ। ਕਿਹੜਾ ਪਿੰਡ ਆ ਬਾਈ ਜੀ? ਪਿੰਡ ਹੈਗਾ ਜੀ ਰੌਣੀ। ਰੌਣੀ, ਰੌਣੀ ਪਿੰਡ ਜਰਗ। ਇਹ ਜਰਗ ਕਿਵੇਂ ਆਉਣਾ ਹੋਇਆ? ਗੱਡੀ ਤੋਂ ਆਉਣਾ ਸੀ ਜੀ। ਅੱਛਾ, ਪਤੰਗ ਚੜਾਉਣ ਦਾ? ਪਤੰਗ ਦਾ ਕਿਸੇ ਦਾ ਪੇਚਾ ਲੱਗਿਆ, ਪਤੰਗ ਉੱਟ ਕੇ ਚੜਾਉਣ ਲੱਗ ਗਏ ਤੇ ਦੋ ਵੜਤੇ ਆਪਾਂ ਨਾਲ ਦੀ ਨਾਲ। ਦੋ ਵੜਤੇ? ਹਾਂ ਜੀ, ਦੋ ਵੜਤੇ ਜੀ, ਇੱਕ ਹੋਰ ਚੜ ਗਿਆ ਜੀ, ਵੜਦੇ ਆਪਾਂ ਨੇ। ਠੀਕ ਹੈ, ਵੱਡਿਆ ਪਹਿਲਾਂ ਵੀ ਵੱਡਿਆ ਤਰੀਕ ਹੋ ਗਿਆ, ਦੋ ਆਪਣਾ ਵੀ ਵੱਡਿਆ ਗਿਆ ਜੀ। ਅੱਛਾ, ਆਪਣਾ ਵੀ ਲੁੱਟਿਆ ਹੋਇਆ ਜੀ। ਵੈਰੀ ਗੁੱਡ, ਫਿਰ ਤਾਂ ਐਵਰੇਜ ਬਹੁਤ ਵਧੀਆ ਥੋੜੀ ਹੈ। ਬਹੁਤ ਵਧੀਆ ਜੀ, ਆਹੀ ਚੀਜ਼ਾਂ ਮਿਸ ਕਰਦੇ ਜੀ ਬਾਹਰੇ। ਅੱਛਾ, ਕਿਹੜੀ ਕੰਟਰੀ ਹੋ? ਆਸਟ੍ਰੇਲੀਆ ਜੀ। ਆਸਟ੍ਰੇਲੀਆ, ਵੈਰੀ ਗੁੱਡ, ਠੀਕ ਹੈ ਜੀ, ਧੰਨਵਾਦ ਬਹੁਤ ਜੀ। ਥੈਂਕ ਯੂ ਜੀ। ਸੁਖ ਬਾਈ ਜੀ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਪਿੰਡ ਜਰਗ ਦੇ ਵਿੱਚ ਪਤੰਗ ਅੱਜ ਬਸੰਤ ਪੰਚਮੀ? ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਸਾਲਾਂ ਬਾਅਦ ਅੱਜ ਬਸੰਤ ਮਨਾ ਰਹੇ ਹਾਂ ਪੰਜਾਬ ਦੇ ਵਿੱਚ ਆ ਕੇ। ਅੱਛਾ, ਇਹ ਕੈਨੇਡਾ ਦੇ ਵਿੱਚ ਵੀ ਪਤੰਗ ਚੜਾਏ ਜਾਂਦੇ ਨੇ? ਹੈ, ਉੱਥੇ ਜੀ ਨਹੀਂ, ਉੱਥੇ ਖਾਸ ਨਹੀਂ ਹੈਗਾ ਪਤੰਗਾਂ ਦਾ। ਹੈ, ਇੰਡੀਆ 'ਚ ਹੀ ਆ ਵੱਧ।
ਅੱਛਾ, ਇੰਡੀਆ ਦੇ ਵਿੱਚ ਪਤੰਗ ਚੜਾਏ ਜਾਂਦੇ ਨੇ? ਹਾਂ ਹਾਂ ਜੀ। ਕਿੰਨੇ ਲੈ ਕੇ ਆਉਂਦੇ ਨੇ ਪਤੰਗ? ਪਤੰਗ ਅੱਜ ਅਸੀਂ 50-60 ਲੈ ਕੇ ਆਏ ਆ ਜੀ। ਅੱਛਾ, ਕਿੰਨੇ ਵੱਡੇ ਵੱਡੇ ਨੇ ਜਾਂ? ਹੈ ਵੱਡੇ ਜੀ, ਬਸ ਜਿਵੇਂ ਵੱਡਦੇ ਵੱਧ ਬੜਾਏ ਘੱਟ। ਅੱਛਾ, ਬੜਾਏ ਘੱਟ। ਇੰਜੋਏਮੈਂਟ ਕਰ ਰਹੇ ਹੋ ਫੁੱਲ? ਪੂਰਾ ਜੀ, ਪੂਰਾ ਇੰਜੋਏਮੈਂਟ ਕਰ ਰਹੇ। ਓਕੇ ਬਾਈ ਜੀ। ਸੋ ਤੁਸੀਂ ਵੇਖ ਸਕਦੇ ਹੋ ਜੀ ਯਰਗ ਦਾ ਖੂਬਸੂਰਤ ਦ੍ਰਿਸ਼ ਬਹੁਤ ਹੀ ਵਧੀਆ ਅੱਗੇ ਨਾਲੋਂ ਵਿਕਸਿਤ ਹੁੰਦਾ ਹੋਇਆ ਪਿੰਡ ਯਰਗ। ਨਵੀਂ ਬਣੀ ਇਮਾਰਤ ਤੁਸੀਂ ਦੇਖ ਸਕਦੇ ਹੋ ਪਿੰਡ ਯਰਗ ਦੇ ਅੰਦਰਲੇ ਗੁਰੂ ਘਰ ਦੀ, ਇੱਥੋਂ ਸਾਫ ਸਾਫ ਦਿਖਾਈ ਦੇ ਰਹੀ ਆ। ਮਹੀਨੇ ਵਿੱਚ 5-7 ਗੇੜੇ ਪੱਕੇ ਆ, ਦੁੱਕੀ ਤਿੱਕੀ ਨੀ ਉਹ ਹੁਕਮ ਦੇ ਜੱਕੇ ਆ, ਚੰਡੀਗੜ੍ਹ ਫਿਰਦੇ ਸਵਾਦ ਲੁੱਟਦੇ, ਚੰਡੀਗੜ੍ਹ ਫਿਰਦੇ ਸਵਾਦ ਲੁੱਟਦੇ। ਸਾਰੇ ਹੀ ਲੋਕ, ਨੌਜਵਾਨ, ਬੱਚੇ, ਬਜ਼ੁਰਗ ਅੱਜ ਪਿੰਡ ਯਰਗ ਵਿਖੇ ਪਤੰਗ ਚੜਾ ਰਹੇ ਨੇ। ਅਤੇ ਅੱਜ ਤੋਂ 15-17 ਸਾਲ ਪਹਿਲਾਂ ਹੋਰ ਗੱਲ ਸੀ ਬੱਚਿਆਂ ਦੇ ਵਿੱਚ, ਜਿਸ ਤਰ੍ਹਾਂ ਜਦੋਂ ਅਸੀਂ ਪਤੰਗ ਚੜਾਉਂਦੇ ਹੁੰਦੇ ਸੀ 1997-98 ਦੇ ਵਿੱਚ, ਉਸ ਟਾਈਮ ਪਤੰਗ ਚੜਾਉਣ ਵਾਲੇ ਅਤੇ ਜਿਹੜੇ ਲੁੱਟਣ ਵਾਲੇ ਬੱਚੇ ਬਰਾਬਰ ਹੁੰਦੇ ਸੀ। ਸੋ ਟਾਈਮ ਦੇ ਨਾਲ ਟਾਈਮ ਬਦਲ ਗਿਆ, ਹੁਣ ਲੁੱਟਣ ਵਾਲੇ ਜਿਹੜੇ ਬੱਚੇ ਨੇ ਉਹ ਘੱਟ ਨੇ ਅਤੇ ਚੜਾਉਣ ਵਾਲੇ ਵੱਧ ਨੇ। ਸੋ ਟਾਈਮ ਟਾਈਮ ਦੀ ਗੱਲ ਹੁੰਦੀ ਆ। ਸੋ ਅੱਜ ਵੀ ਪਤੰਗ ਚੜਾ ਕੇ ਬਹੁਤ ਵਧੀਆ ਲੱਗਿਆ। ਸੋ ਬਹੁਤ ਵਧੀਆ ਤਰੀਕੇ ਨਾਲ ਸਾਰੇ ਹੀ ਨੌਜਵਾਨ ਪਿੰਡ ਯਰਗ ਦੇ ਬੱਚੇ ਪਤੰਗ ਇਹ ਚੜਾ ਰਹੇ ਨੇ, ਅਸੀਂ ਵੀ ਇੰਜੋਇਮੈਂਟ ਕਰ ਰਹੇ ਹਾਂ। ਅਤੇ ਸਾਰਿਆਂ ਨੂੰ ਬਹੁਤ ਬਹੁਤ ਜੀ ਮੁਬਾਰਕਾਂ ਬਸੰਤ ਪੰਚਮੀ ਦੀਆਂ, ਪਰਮਾਤਮਾ ਚੜ੍ਹਦੀ ਕਲਾ ਬਾਕੀ। ਉਹ ਕਿੰਨੇ ਪਤੰਗ ਵੜਦੇ ਬਾਈ? 10। 10 ਵੜਦੇ? ਹਾਂ, ਇੱਕ ਹੋਰ ਵੜਦੇ ਆ। ਓਏ ਵੜਦੇ ਆ। ਕਿੰਨੇ ਵੜਦੇ? ਕਿੰਨੇ ਭੱਜ ਗਿਆ? ਕਿੰਨੇ ਵੜਦੇ ਆ? ਕਿੰਨੇ ਵੜਦੇ ਪਤੰਗ? 11। ਸੋ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਯਰਗ ਵਿਖੇ ਹਰ ਉਮਰ ਨਾਲ ਸੰਬੰਧਿਤ ਵਿਅਕਤੀਆਂ ਨੇ ਪਤੰਗ ਉਡਾ ਕੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਪੂਰਵਕ ਮਨਾਇਆ, ਜੋ ਕਿ ਇੱਕ ਬਹੁਤ ਹੀ ਵਧੀਆ ਗੱਲ। ਸੋ ਇਸ ਤਰ੍ਹਾਂ ਰਵਾਇਤੀ ਸੱਭਿਆਚਾਰਕ ਖੇਡਾਂ ਅਤੇ ਤਿਉਹਾਰਾਂ ਤੋਂ ਦੂਰ ਹੁੰਦੇ ਬੱਚਿਆਂ ਨੂੰ ਪੁਰਾਣੇ ਸੱਭਿਆਚਾਰ, ਖੇਡਾਂ ਅਤੇ ਤਿਉਹਾਰਾਂ ਬਾਰੇ ਦੱਸਣਾ ਮੌਜੂਦਾ ਸਮੇਂ ਦੇ ਵਿੱਚ ਬਹੁਤ ਹੀ ਜ਼ਰੂਰੀ। ਜੇਕਰ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ ਤਾਂ ਵੀਡੀਓ ਦੇ ਲਿੰਕ ਨੂੰ ਸ਼ੇਅਰ ਜ਼ਰੂਰ ਕਰਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।